ਮੈਨੂੰ ਇੱਕ ਸਾਲ ਤੋਂ ਇੰਨੀਆਂ ਦੀ ਪ੍ਰੋਬਲਮ ਸੀਗੀ, ਫਿਰ ਮੈਂ ਯੂਟਿਊਬ ਦੇ ਉੱਤੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਦਾ ਦੇਖਿਆ, ਇਸ ਕਰਕੇ ਮੈਨੂੰ ਥੋੜ੍ਹਾ ਯਕੀਨ ਮੇਰਾ ਬਣਿਆ ਅਤੇ ਫਿਰ ਮੈਂ ਇੱਥੇ ਆ ਕੇ ਇਹਨਾਂ ਨੂੰ ਮਿਲਿਆ ਅਤੇ ਮੇਰਾ ਓਪਰੇਸ਼ਨ ਇਹਨਾਂ ਨੇ ਦੂਰਬੀਨ ਦੇ ਨਾਲ ਕੀਤਾ ਹੈਗਾ ਆ। ਔਰ ਮੈਨੂੰ ਹੁਣ ਕੱਲ੍ਹ ਮੇਰਾ ਓਪਰੇਸ਼ਨ ਹੋਇਆ ਸੀ ਸਵੇਰੇ 11 ਵਜੇ, ਅੱਜ ਮੈਂ 10-11 ਵਜੇ ਵਾਪਸ ਘਰ ਆਪਣੇ ਘਰ ਜਾ ਰਿਹਾ, ਮੇਰੇ ਕੋਲ ਠੀਕ ਆ ਗਿਆ। ਮੈਂ ਯੂਰਪ 'ਚ ਰਹਿਣ ਵਾਲਾ ਹਾਂ, ਪਿੰਡ ਮੇਰਾ ਇੱਥੇ ਇੰਡੀਆ ਦੇ ਵਿੱਚ ਮੰਡੇਰਾ ਆ, ਪੋਸਟ ਆਫਿਸ ਖਟਾਰ, ਡਿਸਟ੍ਰਿਕਟ ਜਲੰਧਰ ਆ, ਸਵਰਨ ਸਿੰਘ ਮੇਰਾ ਨਾਂ ਆ। ਮੈਨੂੰ ਇੱਕ ਸਾਲ ਤੋਂ ਇਰਨੀਆਂ ਦੀ ਪ੍ਰੋਬਲਮ ਸੀਗੀ, ਮੈਂ ਇੱਕ ਦੋ ਡਾਕਟਰਾਂ ਨੂੰ ਪਹਿਲੇ ਉੱਥੇ ਯੂਰਪ ਦੇ ਵੀ ਪੁੱਛਿਆ, ਉਹ ਮੈਨੂੰ ਸੈਟਿਸਫਾਈ ਨਹੀਂ ਕਰ ਸਕੇ, ਮੇਰਾ ਨਹੀਂ ਦਿਲ ਕੀਤਾ ਕਰਾਉਣ ਨੂੰ। ਫਿਰ ਮੈਂ ਯੂਟਿਊਬ ਦੇ ਉੱਤੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਦਾ ਦੇਖਿਆ, ਇੰਟਰਵਿਊ ਦੇਖੀ, ਕਿੱਦਾਂ ਕਿੱਦਾਂ ਇਹਨਾਂ ਮਤਲਬ ਦੱਸਿਆ ਵੀ ਕਿੱਦਾਂ ਕਿੱਦਾਂ ਆਪਰੇਸ਼ਨ ਕਰਨਾ, ਕਿੱਦਾਂ ਕਿੱਦਾਂ ਹਾਨੀਆਂ ਹੁੰਦੀਆਂ, ਕਿੱਦਾਂ ਕਿੱਦਾਂ ਠੀਕ ਹੁੰਦੀਆਂ। ਇਸ ਕਰਕੇ ਮੈਨੂੰ ਥੋੜ੍ਹਾ ਯਕੀਨ ਮੇਰਾ ਬਣਿਆ ਅਤੇ ਫਿਰ ਮੈਂ ਇੱਥੇ ਆ ਕੇ ਇਹਨਾਂ ਨੂੰ ਮਿਲਿਆ ਗਿਆ, ਦਿਖਾਇਆ, ਚੈੱਕ ਕਰਾਇਆ, ਅਤੇ ਇਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਸਾਰਾ ਸਲਾਹ ਦਿੱਤੀ ਹੈਗੀ ਆ, ਅਤੇ ਮੇਰਾ ਓਪਰੇਸ਼ਨ ਇਹਨਾਂ ਨੇ ਦੂਰਬੀਨ ਦੇ ਨਾਲ ਕੀਤਾ ਹੈਗਾ ਆ। ਔਰ ਮੈਨੂੰ ਹੁਣ ਕੱਲ੍ਹ ਮੇਰਾ ਓਪਰੇਸ਼ਨ ਹੋਇਆ ਸੀ ਸਵੇਰੇ 11 ਵਜੇ, ਅੱਜ ਮੈਂ 10-11 ਵਜੇ ਵਾਪਸ ਘਰ ਆਪਣੇ ਘਰ ਜਾ ਰਿਹਾ, ਮੇਰੇ ਕੋਲ ਠੀਕ ਆ ਗਿਆ, ਮੈਨੂੰ ਕੋਈ ਜਿਹੀ ਪ੍ਰੋਬਲਮ ਨਹੀਂ ਹੈਗੀ ਹੈਗੀ। ਔਰ ਦੇਖ ਲਓ ਤੁਹਾਡੇ ਸਾਹਮਣੇ ਬੈਠਾ ਹੈਗਾ, ਕੱਪੜੇ ਪਾਏ ਆ ਸਭ ਕੁਛ, ਔਰ ਬਿਲਕੁਲ ਸਹੀ ਸਲਾਮਤ ਮੈਂ ਜਾ ਰਿਹਾ, ਮੇਰੇ ਕੋਲ ਦਰਦ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ, ਅੱਜ ਮੈਂ ਡਿਸਚਾਰਜ ਮੈਨੂੰ ਕਰ ਰਹੇ ਹੈਗੇ ਆ। ਜਿਹੜਾ ਮੇਰਾ ਓਪਰੇਸ਼ਨ ਹੋਇਆ ਦੂਰਬੀਨ ਦੇ ਨਾਲ ਹੋਇਆ, ਮੇਰਾ ਕੋਈ ਜ਼ਿਆਦਾ ਬਲੱਡ ਲੋਸ ਨਹੀਂ ਹੋਇਆ, 2 ਜਗ੍ਹਾ ਥੋੜ੍ਹੇ ਥੋੜ੍ਹੇ ਇੱਕ ਇੱਕ ਟਾਂਕੇ ਲੱਗੇ, ਜਿਹੜੇ ਮੈਨੂੰ ਖਿਲਾਣੇ ਦੀ ਲੋੜ ਨਹੀਂ ਹੈਗੀ, ਉਹ ਆਪਣੇ ਆਪ ਹੀ ਸਾਰੇ ਵਿੱਚ ਖਤਮ ਹੋ ਜਾਣਗੇ। ਬਾਕੀ ਓਪਰੇਸ਼ਨ ਕਰਨ ਤੋਂ ਬਾਅਦ 4-5 ਘੰਟੇ ਬਾਅਦ ਇਹਨਾਂ ਨੂੰ ਦੱਸ ਤੱਕ ਤੁਸੀਂ ਉੱਠ ਕੇ ਪਿਸ਼ਾਬ ਵਗੈਰਾ ਜਾ ਸਕਦੇ ਹਾਂ, ਬਾਥਰੂਮ ਜਾ ਸਕਦੇ ਹਾਂ, ਖਾ ਪੀ ਵੀ ਸਕਦੇ ਹਾਂ, ਕੁਛ ਹਲਕਾ ਮਤਲਬ ਖਾਣਾ ਜਾਂ ਡਰਿੰਕ ਪੀ ਸਕਦੇ ਹਾਂ। ਅਤੇ ਬਾਕੀ ਮੈਂ ਕੱਲ੍ਹ 6-7 ਘੰਟੇ ਤੋਂ ਬਾਅਦ ਬੜਾ ਵਧੀਆ ਫੀਲ ਹੋਣ ਲੱਗ ਪਿਆ ਸੀ ਮੈਨੂੰ, ਅਤੇ ਅੱਜ ਹੁਣ ਮੈਂ ਬਿਲਕੁਲ ਸੈੱਟ ਹਾਂ, ਮੇਰੇ ਕੋਲ ਦਰਦ ਨਹੀਂ, ਕੋਈ ਕੁਛ ਨਹੀਂ, ਹੁਣ ਮੈਂ ਆਪਣੇ ਘਰ ਜਾ ਰਿਹਾ ਵਾਪਸ। ਅੱਜ 11 ਵਜੇ ਆ, 24 ਘੰਟੇ ਬਾਅਦ ਮੈਂ ਆਪਣੇ ਘਰ ਜਾ ਰਿਹਾ। ਬਾਕੀ ਇੱਥੇ ਦਾ ਜਿਹੜਾ ਸਟਾਫ ਹੈਗਾ ਬਹੁਤ ਅੱਛਾ ਹੈਗਾ ਆ, ਹਰ ਇੱਕ ਤਰ੍ਹਾਂ ਬੰਦੇ ਦਾ ਮਰੀਜ਼ ਦਾ ਖਿਆਲ ਰੱਖਦਾ ਹੈਗਾ। ਬਾਕੀ ਡਾਕਟਰ ਸਾਹਿਬ ਵੀ ਹੈਗੇ ਆ, ਉਹ ਵੀ ਬਿਲਕੁਲ ਚੰਗੀ ਤਰ੍ਹਾਂ ਸੈਟਿਸਫਾਈ ਬੰਦੇ ਨੂੰ ਕਰਦੇ ਆ, ਸਾਰਾ ਸਮਝਾਉਂਦੇ ਹੈਗੇ ਆ, ਸਮਝਾ ਕੇ ਅਤੇ ਫਿਰ ਉਹਨੂੰ ਮਤਲਬ ਸੈਟਿਸਫਾਈ ਕਰਕੇ ਫਿਰ ਭੇਜਦੇ ਹੈਗੇ ਆ ਓਪਰੇਸ਼ਨ। ਹਰ ਇੱਕ ਬੰਦਾ ਜਿਹੜਾ ਵੀ ਇੱਥੇ ਆਉਂਦਾ ਓਪਰੇਸ਼ਨ ਕਰਾਉਣ ਨੂੰ ਤਿਆਰ ਹੋ ਜਾਂਦਾ ਹੈਗਾ। ਮੇਰੇ ਤਾਂ ਸਾਰਿਆਂ ਨੂੰ ਮੇਰਾ ਭਰਾਵਾਂ ਨੂੰ ਇਹ ਸਲਾਹ ਆ, ਜੇ ਕਿਸੇ ਨੂੰ ਕੋਈ ਐਰਨੀਆ ਦੀ ਪ੍ਰੋਬਲਮ ਹੋਵੇ, ਇੱਥੇ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਸਟਾਰ ਹੋਸਪਿਟਲ ਹੈਗਾ ਆ, ਇਹ ਤੁਸੀਂ ਲੱਭ ਕੇ ਅਤੇ ਆਪਣੇ ਜਿਹਨੇ ਵੀ ਓਪਰੇਸ਼ਨ ਕਰਾਉਣਾ ਇੱਥੇ ਆ ਕੇ ਕਰਾਵੋ, ਇੰਡੋ ਔਰ ਦੂਸਰੇ ਨਾਲ ਦੂਰਬੀਨ ਨਾਲ ਕਰਾਵੋ।